ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੰਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਚਲੋ ਜੀ, ਕੋਈ ਇੱਥੇ ਸਿੰਗਰ ਤੇ ਕੋਈ ਇੱਥੇ ਕਵੀ, ਕੋਈ ਇੱਥੇ ਸਿੰਗਰ ਕੋਈ ਇੱਥੇ ਕਵੀ, ਗੇੜਾ ਮੇਰਾ ਦੂਜਾ ਕਾਲੇ ਦਾ ਨਾਮ ਹੈ। ਵਾਹ ਵੀ ਵਾਹ, ਤਵੀ ਕੈਂਪਸ ਸ਼ਹਿਰ ਪਠਾਨਕੋਟ, ਔਰ ਸ਼ਹਿਰ ਵੀ ਤਰੱਕੀਆਂ 'ਚ ਹੈ, ਲੈਂਟਰ ਲੁੰਟਰ ਇੱਥੇ ਵੀ ਪੈ ਰਹੇ ਨੇ। ਸੋ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਪੜ੍ਹ ਕੇ ਇੱਥੋਂ ਚੰਗੇ ਅਫਸਰ ਲੱਗੋਗੇ, ਤੁਹਾਡੇ ਵੀ ਲੈਂਟਰ ਪੈਣਗੇ। ਤਵੀ ਕੈਂਪਸ ਪਠਾਨਕੋਟ ਦੇ ਵਿੱਚ ਰੌਣਕਾਂ ਲੱਗਣਗੀਆਂ ਅੱਜ। ਸਭ ਤੋਂ ਪਹਿਲਾਂ ਸਰਦਾਰ ਸਾਹਿਬ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਬਹੁਤ ਸੋਹਣੀ ਦਸਤਾਰ। ਥੈਂਕ ਯੂ ਸਰ, ਥੈਂਕ ਯੂ। ਕੀ ਨਾਂ ਹੈ ਤੁਹਾਡਾ? ਬਲਜੀਤ ਸਰ। ਬਲਜੀਤ ਸਰ ਵੀ ਨਾਲ ਹੀ ਹੈ ਜੀ? ਬਲਜੀਤ ਸਿੰਘ। ਬਲਜੀਤ ਸਿੰਘ, ਬਲਜੀਤ ਸਿੰਘ, ਹੋਰ ਕਿਵੇਂ, ਕਿੱਦਾਂ ਲੱਗ ਰਿਹਾ ਦੂਜੀ ਵਾਰ ਆਏ ਫਿਰ ਇੱਥੇ? ਵਧੀਆ, ਮੈਂ ਕਹੀਦਾ ਨਾ ਲੈਂਟਰ ਲੁੰਟਰ ਪੈ ਰਹੇ ਨੇ। ਲੈਂਟਰ ਦਾ ਪ੍ਰਮੋਸ਼ਨ ਤੁਹਾਡੀ ਵੀ ਹੋ ਗਈ ਹੈ। ਬਹੁਤ ਵਧੀਆ, ਪਹਿਲਾਂ ਟੁੱਟੀ ਇਨੋਵਾ ਹੁਣ ਸਕਾਰਪੀਓ ਲੈ ਲਈ ਲੱਗਦੀ ਹੈ। ਇੱਥੇ ਨਹੀਂ ਹੋ ਰਹੇ, ਉੱਥੇ ਵੀ ਹੋ ਰਿਹਾ ਨਾ, ਪੂਰੀ ਪ੍ਰਮੋਸ਼ਨ ਤੁਹਾਡੇ ਪਿਆਰ ਨਾਲ ਹੀ। ਹੋਰ ਘਰ ਪ੍ਰੋਫੈਸਰ ਸਾਹਿਬ? ਉਹ ਵੀ ਵਧੀਆ, ਕੀ ਸੁਣਾਉਂਗੇ? ਮੈਂ ਤਾਂ ਗੱਲਾਂ ਬਹੁਤ ਵਧੀਆ ਕਰਦਾ ਹਾਂ। ਯਾਰ ਡੇਢ ਘੰਟਾ ਹੋ ਗਿਆ ਮੈਨੂੰ ਪ੍ਰੈਕਟਿਸ ਕਰਦੇ ਪਿੱਛੋਂ ਤੁਹਾਡੀ। ਅੱਛਾ, ਬੰਦੇ ਨਾਲ ਮਿਲਣਾ ਜੈਸੀ ਕਰਾਣੀ ਹੈ? ਨਹੀਂ ਨਹੀਂ ਨਹੀਂ, ਯੈਸ ਹੈ, ਯੈਸ। ਹੋਰ ਫਿਰ ਪਰਿਵਾਰ 'ਚ ਕੌਣ ਕੌਣ? ਬੇਬੇ ਬਾਪੂ, ਇੱਕ ਸਿਸਟਰ ਹੈ। ਯਾਰ ਇੱਕ ਨਾ ਰਿਕੁਐਸਟ ਹੈ, ਮੇਰੀ ਭਾਬੀ ਮੈਨੂੰ ਬੜਾ ਤੰਗ ਕਰਦੀ, ਕਹਿੰਦੀ ਤੇਰਾ ਸਾਲ ਤੱਕ ਰਿਸ਼ਤਾ ਕਰਾ ਦੇ, ਉਹਨੂੰ ਕਹਿ ਰੁਕ ਜਾ ਯਾਰ ਡਿਗਰੀ ਹੋਣ ਦੇ। ਅੱਛਾ, ਭਾਬੀ ਤੁਹਾਨੂੰ ਕਹਿੰਦੀ ਹੈ ਵੀ? ਨਵੀਂ ਭਾਬੀ, ਮੈਂ ਕਿਹਾ ਮਹੀਨਾ ਨਹੀਂ ਹੋਇਆ ਤੰਗ ਕਰ ਮਾਰਿਆ, ਕਹਿੰਦੀ ਰਿਸ਼ਤਾ ਤੇਰਾ ਝੱਕ। ਤੰਗ ਉਹਨੇ ਨਹੀਂ, ਤੰਗ ਤੂੰ ਕੀਤਾ? ਯਾਰ ਮੈਂ ਨਹੀਂ ਕੀਤਾ, ਮੈਂ ਤੂੰ ਮੈਨੂੰ ਤੂੰ ਮੈਨੂੰ 5 ਮਿੰਟ ਤੰਗ ਕਰਤਾ। ਭਾਬੀ ਜੀ, ਮੁੰਡੇ ਨੂੰ 4-5 ਸਾਲ ਅਜੇ ਪੜ੍ਹਨ ਦੋ, ਤਰੱਕੀ ਕਰਨ ਦੋ, ਫਿਰ ਇਹ ਆਪੇ ਹੀ ਤੁਹਾਨੂੰ ਕਹੂਗਾ ਤੇ ਫਿਰ ਵਿਆਹ ਕਰਾ ਦਿਓ। ਆਪੇ ਲੱਭ ਲਾਂਗੇ। ਅੱਛਾ, ਉਧਰੋਂ ਜੇ ਤੰਗ ਨਾ ਹੋਏ, ਤੰਗ ਨਾ ਹੋਏ, ਕਿਉਂ ਕਿਸੇ ਨੂੰ ਤੰਗ ਕਰਨਾ, ਆਪ ਤੰਗ ਹੋਵਾਂਗੇ। ਹੋਰ ਵਧੀਆ ਵਧੀਆ, ਕਿਰਪਾ ਗਾਣਾ ਸੁਣਾ ਦਾਂਗੇ ਜੀ। ਉਹ ਦੱਸਾਂ ਕਿ ਮੈਂ ਯਾਰੋ ਮੇਰੇ ਨਾਲ ਕੱਟਿਆ, ਇੱਕ ਸੋਹਣੀ ਜੀ ਕੁੜੀ ਨੇ ਮੇਰੇ ਵੱਲ ਤੱਕਿਆ, ਮੈਂ ਉਹਦੇ ਵੱਲ ਦੇਖ ਥੋੜਾ ਹੱਸ ਕੀ ਪਿਆ, ਗੱਲ ਉਦਣ ਦੀ ਉਹਨੇ ਫਲਾਈ ਹੋਈ ਆ, ਉਹ ਕੁੜੀ ਪੰਡਤਾਂ ਦੀ ਪਿੱਛੇ ਪੈ ਗਈ ਜੱਟ ਦੇ, ਕਹਿੰਦੀ ਪਟਣਾ ਇਹ ਜੱਟ ਰੱਟ ਲਾਈ ਹੋਈ ਆ, ਉਹ ਕਹਿੰਦੀ ਦਿਲ ਮੇਰਾ ਤੁਹਾਡੇ ਤੋਂ ਪਿਆਰ ਮੰਗਦਾ, ਮੈਂ ਕਹਿਤਾ ਤੇਰੇ ਜਿਹੀਆਂ ਦੇ ਤਾਂ ਮੈਂ ਕੋਲੇ ਨਹੀਂ ਖੰਘਦਾ, ਉਹ ਸਮਝੀ ਨਾ ਫੈਨ ਤੇਰੇ ਗੋਰੇ ਰੰਗ ਦਾ, ਉਹ ਗੱਲਾਂ ਖਰੀਆਂ ਮੈਂ ਆਖ ਕੇ ਸੁਣਾਤੀਆਂ, ਸਾਰੀ ਤੋੜਤੀ ਉਮੀਦ ਜਿਹੜੀ ਲਾਈ ਹੋਈ ਆ, ਉਹ ਕੁੜੀ ਆਸਟ੍ਰੇਲੀਆ ਵਾਲੀ ਪਿੱਛੇ ਪੈ ਗਈ ਜੱਟ ਦੇ, ਕਹਿੰਦੀ ਪੱਟਣਾ ਇਹ ਜੱਟ ਰੱਟ ਲਾਈ ਹੋਈ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਸੁਮਿਤ ਕੌਰ। ਓਕੇ, ਕਿਹੜਾ ਕੋਰਸ ਕੀਤਾ ਜੁਆਇਨ? ਮੈਂ CSE। ਮੈਂ CSE। ਕੰਪਿਊਟਰ ਸਾਇੰਸ। ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਜੀ। ਓਕੇ ਓਕੇ, ਕੀ ਏਮ ਕੀ ਹੈ ਜੀ ਜ਼ਿੰਦਗੀ ਦਾ, ਕੀ ਬਣਨਾ ਚਾਹੁੰਦੇ ਹੋ? ਸੌਫਟਵੇਅਰ ਇੰਜੀਨੀਅਰ। ਓਕੇ, ਇਸੇ ਫੀਲਡ ਦੇ ਵਿੱਚ? ਹਾਂਜੀ। ਤੁਸੀਂ ਆਪ ਕਿਹਾ ਕਿ ਘਰਦਿਆਂ ਨੇ ਕਿਹਾ ਵੀ ਆਹ ਚੀਜ਼ ਕਰੋ? ਨਹੀਂ, ਮੇਰਾ ਆਪਣਾ ਏਮ ਹੈ। ਓਕੇ, ਆਪਣਾ ਲਗਨ ਸੀਗੀ ਇੱਧਰ? ਹਾਂਜੀ। ਪਲੱਸ ਟੂ 'ਚ ਕਿੰਨੇ ਨੰਬਰ? ਮੇਰੇ 80। ਹੈਂ? 80%। 80? ਬਹੁਤ ਜ਼ਿਆਦਾ ਨੇ ਜੀ। ਠੀਕ ਨੇ, ਮਤਲਬ ਗੁੱਡ ਨੇ ਜੀ, ਹੈ ਨਾ? ਸਾਡੇ ਹੈਂ ਅੱਛੇ ਨਹੀਂ ਹਨ? ਬਹੁਤ ਅੱਛੇ ਹੈ ਜੀ, ਲੈ ਕਮਾਲ ਹੋਈ ਪਈ ਹੈ। ਦੋ ਬੰਦੇ ਪਾਸ ਹੋ ਜੇ, ਸਹੀ ਗੱਲ। ਥੈਂਕ ਯੂ। ਉਹ ਜਿਹੜਾ ਮੇਰੇ ਵਰਗਾ ਬੋਲਿਆ ਕਿ ਨਾ, ਦੋ ਜਣੇ ਪਾਸ ਹੋਣੇ ਨੇ। ਪਰ ਪੱਕੀ ਗੱਲ ਹੈ ਵੀ ਇਹ 80 ਲੈ ਕੇ ਵੀ ਰੋਂਦੀ ਹੋਊਗੀ, ਪਾਪਾ 80 ਆਏ ਹੈ। ਹੋਰ ਸੁਣਾਓ ਜੀ। ਬਸ ਜੀ, ਸਭ ਵਧੀਆ। ਸੁਣਾਓਗੇ? ਮੈਂ ਤੁਹਾਡੇ ਕੋਲ ਸੁਣਾਂਗੀ। ਅੱਛਾ, ਕੀ ਜੀ? ਸੌਂਗ। ਕਿਹੜਾ ਜੀ? ਲੱਖ ਲਾਣਤਾਂ ਹੋ ਜੱਟਾ ਤੇਰੇ ਪਿਆਰ ਮੈਂ ਲੱਖ। ਸਨੈਪਚੈਟ ਵਾਲਾ ਕਿਹੜਾ, ਮੈਨੂੰ ਸਮਝ ਨਹੀਂ ਆਇਆ। ਅੱਛਾ ਅੱਛਾ, ਹਾਂ ਹਾਂ, ਉਹ ਸੁਣਾਉਣਾ, ਉਹ ਸੁਣਾਉਣਾ। ਉਹ ਪਹਿਲਾਂ ਵੀ ਸਰਦਾਰ ਸਾਹਿਬ ਕਹਿ ਗਏ ਨਾ, ਮੈਨੂੰ ਪਹਿਲਾਂ ਚੇਤਾ ਨਹੀਂ ਆਇਆ। ਉਹ ਹੈਲੋ ਹਾਏ ਫਿਰੇ ਕਰਦੀ, ਸਤਿ ਸ੍ਰੀ ਅਕਾਲ ਕਿਉਂ ਨਹੀਂ ਬੋਲਦੀ, ਉਹ ਦੇਸੀ ਜੱਟ ਪਿੱਛੇ ਗੇੜੇ ਮਾਰਦੀ ਫਿਰੇ, ਫੇਰਾ ਯੈਂਕਾ ਜਿਹਾ ਮੁੰਡਾ ਕਿਉਂ ਨਹੀਂ ਤੋੜਦੀ, ਉਹ ਉਦੜੀ ਜੀ ਜੀਨ ਬਿੱਲੋ ਪਾਈ ਫਿਰ, ਉਦੜੀ ਜੀ ਜੀਨ ਬਿੱਲੋ ਪਾਈ ਫਿਰਦੀ ਨੀ ਕਦੇ ਸੂਟ ਵੀ ਪੰਜਾਬੀ ਪਾ ਕੇ ਆ,
ਓ ਤੇਰਾ ਪ੍ਰਪੋਜ਼ ਸਿਰ ਮੱਥੇ ਬੱਲੀਏ ਪਹਿਲਾਂ ਉਡਾਇਆੜਾ ਜੱਟ ਨੂੰ ਸਣਾ ਓ ਤੇਰਾ ਪ੍ਰਪੋਜ਼ ਸਿਰ ਮੱਥੇ ਬੱਲੀਏ ਪਹਿਲਾਂ ਉਡਾਇਆੜਾ ਜੱਟ ਨੂੰ ਸਣਾ ਮੈਂ ਤਾਂ ਸੂਟ ਪੰਜਾਬੀ ਪਾਇਆ ਨਹੀਂ ਮੈਂ ਤੁਹਾਡੇ ਲਈ ਨਹੀਂ ਗਾਇਆ ਮੈਂ ਤਾਂ ਸੂਟ ਪੰਜਾਬੀ ਪਾਇਆ ਘਰੇ ਮਾਰਦੇ ਵਿਚੋਲੇ ਹੁਣ ਗੇੜੇ ਘਰੇ ਮਾਰਦੇ ਵਿਚੋਲੇ ਹੁਣ ਗੇੜੇ ਵੇ ਕਦੋਂ ਆਉਣਗੇ ਸਨੇਹ ਜੱਟਾ ਫਿਰ ਪੁੱਛਣਾ ਤੂੰ ਕਿੱਥੇ ਮੇਰੀ ਲਾਡੋ ਤੇ ਮੈਂ ਕਹਿਣਾ ਲੱਖ ਲਾਣ ਤਾਵੇਂ ਜੱਟਾ ਤੇਰੇ ਪਿਆਰ ਤੇ ਵੇ ਆ ਕੇ ਜੇ ਕੋਈ ਹੋਰ ਲੈ ਗਿਆ ਲਾਣ ਤਾਵੇਂ ਜੱਟਾ ਤੇਰੇ ਪਿਆਰ ਤੇ ਵੇ ਆ ਕੇ ਜੇ ਕੋਈ ਹੋਰ ਲੈ ਗਿਆ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਸ਼ਾਹੀਨ ਹੈ ਜੀ ਸ਼ਾਹੀਨ ਸ਼ਾਹੀਨ ਓਕੇ ਜੀ ਓਕੇ ਹੋਂਡਾ ਸ਼ਾਹੀਨ ਹਾਂਜੀ ਕੀ ਸੁਣਾਓਗੇ ਕਿੱਸਾ ਸੁਣਾਊਂਗਾ ਇੱਕ ਹੈ ਜੀ ਕਿੱਸਾ ਸੁਣਾਊਂਗਾ ਅੱਛਾ ਕਿੱਸਾ ਸੁਣਾਓਗੇ ਜੀ ਮੈਂ ਕਿਹਾ ਪਤਾ ਨਹੀਂ ਕੀ ਕਹਿ ਗਿਆ ਬਹੁਤ ਵਧੀਆ ਮੇਰੇ ਇੱਕ ਦੋਸਤ ਹੈ ਜਿਮ ਵੀ ਜਾਂਦੇ ਹੋ ਹਾਂ ਰੈਗੂਲਰ ਜਾਂਦੇ ਹੋ ਹਾਂ ਰੈਗੂਲਰ ਚਲੋ ਬਹੁਤ ਵਧੀਆ ਸੁਨੇਹਾ ਜੀ ਆਪਣੇ ਯੂਥ ਨੂੰ ਵੀ ਜਿਮ ਜਾਇਆ ਕਰੋ ਡਰੱਗਸ ਤੋਂ ਆਪਾਂ ਦੂਰ ਰਹਿਣਾ ਜਿਮ ਆਪਾਂ ਲਾਉਣਾ ਤੇ ਹੁਣ ਵੀਰਾ ਦਸ ਕੁ ਡੰਡ ਵੀ
तू की है तो मेरे पास आया करता ओ यार मैंने कल पार्टी की पार्टी की अच्छा मैं क्या पार्टी की हम 36 लड़के हम 36 लड़के मंगाया एक वाटर मंगाया एक वाटर डाठे पे डाठा टाली सब के सब टाली अच्छा मैं अच्छा एक क्वार्टर था 36 लड़के 36 लड़के एक क्वार्टर सब टाली वाह टाली सब टाली हो गए सब टाली हां ठीक है हम निकले बाहर बाय देखा दूर से दो लड़कों का जिया था आ रहा था हम शादी से अकेले दो लड़कों का जिया था आ रहा था हम शादी से अकेले दो लड़कों का जिया था आ रहा था हम शादी से अकेले पकड़ा मारा बहुत मारा उन दोनों ने हमको बहुत मारा मैंने पकड़ी एक किला पकड़ी मत तूने मुझे इधर मारा मेरे को मेरे मोहल्ले में मार और उसने मोहल्ले में भी मारा अच्छा मैंने बोला मोहल्ले में मारा कोई बात नहीं मेरे को मेरे घर पे मार और उसने घर पे भी मारा मैंने बोला मेरे घर पे मारा मेरे कमरे में मारा और उसने कमरे में भी मारा मैंने बोला कमरे में मारा मेरी मिमी के सामने मारा उसने मिमी के सामने भी मारा इतनी देर में आया मेरा बाप मैं आप देख क्या करता है उसने बाप को भी मारा मैंने भी पाकड़ी लाभ पास करवाई कितना मारेगा फिर मैंने उससे पूछा मजाक में मारा कि सीरियसली मारा बोलता सीरियसली मारा फिर ठीक है मजाक मत पसंद है मुझे बहुत बढ़िया थैंक यू सो मच ध्यान रहेगा थोड़े दास ਗੱਲਾਂ ਇੱਕ ਪਾਸੇ ਪਰ ਸਿਹਤ ਸਭ ਤੋਂ ਪਹਿਲਾਂ ਜਿਮ ਜਾਇਆ ਕਰੋ ਬਾਈ ਵਾਂਗੂ ਸਿਹਤ ਬਣਾਓ ਜਿਮ ਪਹਿਲਾਂ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਥੈਂਕ ਯੂ ਸੋ ਮਚ ਚਲੋ ਜੀ ਤਵੀ ਕੈਂਪਸ ਦੇ ਵਿੱਚ ਰੌਣਕ ਇੱਦਾਂ ਹੀ ਕੰਟੀਨਿਊ ਰਹਿਣਗੀਆਂ ਨਾ 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 ਰਿਮੋਟ ਨੂੰ ਹੱਥ ਨਾ ਲਾਓ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ ਆ ਜਾਓ ਤਵੀ ਕੈਂਪਸ ਦੇ ਵਿੱਚ ਰੌਣਕਾਂ ਪੂਰੀਆਂ ਐ ਜੀ ਮੈਂ ਕੋਈ ਨਹੀਂ ਖੜੇ ਰਹੋ ਜੀ ਹੁਣ ਇੱਧਰ ਆਇਓ ਤੁਸੀਂ ਬੜੇ ਇੱਧਰ ਤੂੰ ਮੈਂ ਲੱਗ ਗਿਆ ਤੂੰ ਸਿਆਣਾ ਯਾਰ ਤੂੰ ਸਿਆਣਾ ਮੇਰਾ ਭਰਾ ਸਰ ਮੈਂ ਲੱਗ ਗਿਆ ਹੈ ਉਹ ਮੈਨੂੰ ਪਤਾ ਤੁਸੀਂ ਅਲੱਗ ਹੋ ਪਰ ਮੈਂ ਵੈਸੇ ਹੀ ਖੜਾਇਆ ਮੈਂ ਕਿਹਾ ਤੁਸੀਂ ਉੱਥੋਂ ਆਏ ਸੀ ਉਧਰੋਂ ਪਹਿਲਾਂ ਇਹਨਾਂ ਨੂੰ ਕਰਦੇ ਮੈਂ ਬਾਅਦ ਚ ਹਾਂਜੀ ਇਹਨਾਂ ਨੂੰ ਕਰਨ ਦੇ ਪਹਿਲਾਂ ਮੈਂ ਬਾਅਦ ਚ ਆ ਜਾਂਦੀ ਅੱਛਾ ਮੈਂ ਚੱਲ ਜਾਂਦਾ ਵੈਸੇ ਇਹ ਨਾ ਜੀ ਜਦੋਂ ਮੈਂ ਇਹਨਾਂ ਨੂੰ ਸੱਦਿਆ ਇਧਰੋਂ ਦੀ ਐਂ ਦੀ ਕਰਕੇ ਆਏ ਆ ਜੀ ਤੇ ਬਾਈ ਪਿੱਛੇ ਹੋ ਗਏ ਐਕਸਪ੍ਰੈਸ਼ਨ ਦੇਖਣੇ ਬਾਈ ਕਹਿੰਦਾ
ਕੋਈ ਨਹੀਂ ਕੋਈ ਨਹੀਂ, ਮੈਂ ਤੁਹਾਡੇ ਤੋਂ ਵੀ ਹੁੰਦਾ ਹੁੰਦਾ। ਹਾਂ ਹਾਂ ਹਾਂ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੋਨੀਆ। ਸੋਨੀਆ ਜੀ, ਹਾਂਜੀ, ਜਦੋਂ ਮੈਂ ਤੁਹਾਨੂੰ ਤੁਸੀਂ ਵੇਖ ਲਿਆ ਵੀ ਇਹਨਾਂ ਨੂੰ ਬੁਲਾਇਆ? ਮੈਂ ਵੇਖਿਆ ਨਹੀਂ, ਸੋਰੀ ਤੁਸੀਂ ਨਾ। ਅੱਛਾ, ਤੁਸੀਂ ਵੇਖਿਆ ਹੀ ਨਹੀਂ, ਤੁਸੀਂ ਕਿਹਨੂੰ ਵੇਖਣ ਡੇ ਫਿਰ? ਨਹੀਂ ਲਗੇਗੀ ਜਬ ਹਮੇ ਠੰਡ ਹਮ ਤੇਰੇ ਖਤ ਸ਼ਰਿਆਮ ਜਲਾਏਂਗੇ। ਅੱਛਾ, ਤੇਰੇ ਖਤ ਜਲਾਏਂਗੇ ਜਲਾਏਂਗੇ। ਅੱਛਾ, ਠੰਡ ਲੱਗਣ ਡੀ ਹੈ ਤੇ ਖਤ ਜਲਾਏਂਗੇ। ਅੱਛਾ, ਅੱਗੇ ਬਸ ਇਤਨਾ ਹੀ, ਮੁੱਕ ਗਏ ਫਿਰ? ਹਾਂਜੀ ਹਾਂਜੀ। ਓਕੇ ਓਕੇ ਓਕੇ, ਜੇ ਫੇਰ ਵੀ ਨਾ ਰੁਕੀ ਠੰਡ ਫਿਰ ਤੇਰੀ ਰਜਾਈ ਲਿਆਏਂਗੇ। ਕੀ ਨਾਮ ਹੈ ਜੀ? ਵਿਨੋਦ ਸਿੰਘ। ਵਿਨੋਦ ਜੀ, ਕਿੱਥੇ ਕਿੱਥੋਂ ਰਹਿੰਦੇ ਹੋ? ਬਿਆਵੇ ਬਿਲਾਵਰ ਤੋਂ। ਬਿਲਾਵਰ ਜੀ? ਬਿਲਾਵਰ। ਇਹ ਕਿੱਥੇ ਨੇ ਜੀ, ਕਿੱਥੇ ਗਏ? ਭਈਆ ਡਿਸਟ੍ਰਿਕਟ ਕਠੂਆ, ਸਟੇਟ ਜੰਮੂ ਐਂਡ ਕਸ਼ਮੀਰ। ਓਕੇ ਜੀ, ਇੱਥੇ ਕਿਹੜਾ ਈਅਰ ਤੁਹਾਡਾ? ਭਈਆ ਮੇਰਾ ਥਰਡ ਈਅਰ। ਓਕੇ ਜੀ, ਓਕੇ, ਫਿਰ ਕੀ ਸੁਣਾ ਰਹੇ ਭਈਆ? ਭਈਆ ਆਪਕੇ ਲਈ ਜੋ ਮਰਜ਼ੀ ਬੋਲੋ, ਡਾਂਸ ਕਰੇਂਗੇ ਹਮ ਦੋਨੋਂ ਸਾਥ ਮੇਂ। ਕਰੋਗੇ ਡਾਂਸ ਸਾਥ ਮੇਂ? ਮੈਂ ਭਈਆ ਆਪਕੋ ਕਾਪੀ ਕਰੂੰਗਾ। ਹਾਂ, ਕੋਈ ਨਹੀਂ, ਕਾਪੀ ਕਰੋਗੇ ਆਪ? ਮੈਂ ਆਪਕੋ ਫੋਲੋ ਕਰਨ ਕੀ ਕੋਸ਼ਿਸ਼ ਕਰੂੰਗਾ। ਕੋਈ ਨਹੀਂ, ਕੌਣ ਸਾ ਗਾਣਾ ਲਗਾਇਆ ਫਿਰ ਭਈਆ? ਗਾਣਾ? ਹਾਂਜੀ, ਤੇਰੇ ਮੇਰੇ ਹਿੱਕੜੂਆ ਗੜਬੜ ਹੋਈ ਨਹੀਂ, ਮੇਰੇ ਹਿੱਕੜੂ ਹੈ। ਯੇ ਲਓ ਜੀ ਗੁੜਬੜ ਹੈ ਜੀ, ਬੋਲ ਦੋ, ਬੋਲੋ ਗਾਣਾ ਦੇ ਕੋਲ। ਕੀ ਬਾਤ ਹੈ ਭਈਆ, ਹੈ ਗਾਣਾ? ਥੈਂਕ ਯੂ ਭਈਆ, ਹੈ ਭਈਆ ਗਾਣਾ। ਆਲ ਦਾ ਬੈਸਟ ਭਈਆ। ਭਈਆ ਸਰ, ਮੇਰੀ ਸਿਸਟਰਸ, ਕਜ਼ਨ ਸਿਸਟਰ ਤੁਹਾਡੀ ਬਹੁਤ ਜ਼ਿਆਦਾ ਫੈਨ ਹੈ। ਥੈਂਕ ਯੂ ਜੀ। ਸ਼ਬਨਮ ਔਰ ਅੰਜਲੀ, ਛੋਟੀਆਂ ਭੈਣਾਂ ਨੇ? ਛੋਟੀਆਂ ਛੋਟੀਆਂ ਭੈਣਾਂ ਸ਼ਬਨਮ ਤੇ ਅੰਜਲੀ ਨੂੰ ਬਹੁਤ ਸਾਰਾ ਪਿਆਰ ਸਤਿਕਾਰ। ਥੈਂਕ ਯੂ ਸੋ ਮਚ, ਤੁਸੀਂ ਇੰਨਾ ਪਿਆਰ ਕਰਦੇ ਹੋ। ਬਹੁਤ ਅੱਛੇ।
बहुत अच्छे बहुत अच्छे बहुत अच्छे की नाम है थोड़ा पवन कुमार पवन कुमार कितने रहने हो जी मैं पठानकोट ओके की शौक ने थोड़े मेरे सिंगिंग जी सिंगिंग सुनाओ ये कोई हंसे तो तुझे गम लगे हंसी ना लगे दिल लगी दिल लगी भी तेरे दिल को दिल लगी ना लगे तू रोज रोया करे उठ के चांद रातों में खुदा करे के तेरा मेरे बगैर जी ना लगे ए तुम्हें दिल लगी तुम्हें दिल लगी भूल जानी पड़ेगी तुम्हें दिल लगी भूल जानी पड़ेगी मोहब्बत की राह में आकर तो देखो तुम्हें दिल लगी भूल जानी पड़ेगी मोहब्बत की राहों में आकर तो देखो जमाने को अपना बना कर तो देखो जमाने को अपना बना कर तो देखो हमें भी तुम अपना बना कर तो देखो तुम्हें दिल लगी भूल जानी पड़ेगी मोहब्बत की राहों में आ कर तो देखो चलो जी तवी कैंपस के रौनक लगिया रहनगियां कि ना जायो हूँ वक्त एक छोटे जे ब्रेक दा ते मिलते हैं जी छोटे जे ब्रेक तो एक बार फिर सुना थोड़े अपने फेवरेट शो कंटीनी मंडीर दे विच फ्रेश एपीसोड तुसी इंजॉय कर रहे हो तवी कैंपस दा ਇਹਦੇ ਨਾਲ ਨਾਲ ਦੱਸ ਦਈਏ ਕਿ ਰਿਪੀਟ ਜਿਹੜਾ ਪ੍ਰੋਗਰਾਮ ਆਊਗਾ ਉਹ ਸੈਟਰਡੇ ਯਾਨੀ ਕਿ ਸ਼ਨੀਵਾਰ ਯਾਨੀ ਕਿ ਸ਼ਨੀਵਾਰ ਸ਼ਾਮ ਕੋ ਨਹੀਂ ਸ਼ਾਮ ਕੋ ਇਹ 4 ਵਜੇ ਔਰ ਐਤਵਾਰ ਨੂੰ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਜਾਂ ਰੋਟੀ ਤੋਂ ਬਾਅਦ ਮਤਲਬ ਕਿ 8 ਵਜੇ ਤੁਸੀਂ ਐਪੀਸੋਡ ਇੰਜੋਏ ਕਰਿਓ ਸਾਡੇ ਰਿਪੀਟ ਸੋ ਸ਼ਨੀਵਾਰ 4 ਵਜੇ ਸ਼ਾਮ ਨੂੰ ਐਤਵਾਰ ਸ਼ਾਮ ਨੂੰ 8 ਵਜੇ ਫਰੈਸ਼ ਐਪੀਸੋਡ ਤੁਸੀਂ ਦੇਖ ਰਹੇ ਹੋ ਰੌਣਕਾਂ ਅਸੀਂ ਅੱਗੇ ਵਧਾਉਂਦੇ ਹਾਂ ਆਓ ਜੀ ਆਓ ਭਾਜੀ ਆਓ 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 ਹੈਲੋ ਸਰ ਹੈਲੋ ਸਰ ਰਾਇਲ ਬਲੂ ਰਾਇਲ ਬਲੂ ਹੈਲੋ ਸਰ ਕੀ ਨਾਮ ਹੈ ਤੁਹਾਡਾ ਸੌਰਵ ਸੌਰਵ ਕਿੱਥੇ ਰਹਿੰਦੇ ਹੋ ਜੀ ਸਰ ਸੁਜਾਨਪੁਰ ਟਾਊਨ ਸੁਜਾਨਪੁਰ ਰਹਿੰਦੇ ਹੋ ਓਕੇ ਕਿੰਨੀ ਏਜ ਹੈ ਸਰ 18 ਪਲੱਸ 18.5 ਅੱਛਾ 18.5 ਅੱਛਾ ਵੋਟ ਪਾਉਣ ਵਾਲੇ ਹੋ ਗਏ ਜੀ ਸਰ ਬਿਲਕੁਲ ਕੀ ਨਾਮ ਕੀ ਤੁਹਾਡਾ ਸੌਰਵ 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 ਪਰਿਵਾਰ 'ਚ ਕੌਣ ਕੌਣ ਮੋਮ ਡੈਡ ਭਾਈ ਔਰ ਬਹਿਨ ਔਰ ਮੋਮ ਡੈਡ ਭਾਈ ਬਹਿਨ ਓਕੇ ਓਕੇ ਬਹਿਨ ਭਾਈ ਮੋਮ ਡੈਡ ਵਟਐਵਰ ਯੂ ਸੇ ਅੱਛਾ ਕਿਹੜਾ ਕੋਰਸ ਕੀਤਾ ਜਵਾਇਨ ਬੀਟੈਕ ਸੀਐਸਸੀ ਬੀਟੈਕ ਸੀਐਸਸੀ ਕੀ ਏਮ ਕੀ ਹੈ ਸੌਰਵ ਦਾ ਕੀ ਬਣਨਾ ਚਾਹੁੰਦਾ ਸੌਰਵ ਸੌਫਟਵੇਅਰ ਇੰਜੀਨੀਅਰ ਓਕੇ ਪਰਿਵਾਰ 'ਚ ਡੈਡੀ ਕੀ ਕਰਦੇ ਨੇ ਕੰਟਰੈਕਟਰ ਠੇਕੇਦਾਰ ਚੰਗਾ ਹੈ ਇਹ ਤੇਰੇ ਦੰਦਾਂ ਦੀ ਵਿੱਥ ਦੱਸਦੀ ਹੈ ਠੀਕ ਹੈ ਠੀਕ ਹੈ ਪੜ੍ਹਨਾ ਪਰ ਆਪਾਂ ਜੀ ਬਿਲਕੁਲ ਸਰ ਪਾਕਟ ਮਨੀ ਕਿੰਨੀ ਮਿਲਦੀ ਹੈ ਸਰ 500 ਰੋਜ਼ ਨਹੀਂ ਵੀਕਲੀ ਸਰ ਨਹੀਂ ਨਹੀਂ ਵੀਕਲੀ ਨਹੀਂ ਝੂਠ ਬੋਲ ਗਿਆ ਠੇਕੇਦਾਰ ਦਾ ਮੁੰਡਾ ਰੋਜ਼ 500 ਰੁਪਏ ਮਿਲਦਾ ਤੈਨੂੰ ਹੈ ਮਿਲਦਾ ਕਦੇ ਕਦਾਰ ਆ ਗਿਆ ਟਰੈਕ ਤੇ ਆ ਗਿਆ ਚੱਲ ਦੱਸ ਦੇ ਕੋਈ ਨਹੀਂ ਠੇਕੇਦਾਰ ਸਾਹਿਬ ਆਪਣੇ ਹੀ ਹੈ ਕੋਈ ਨਹੀਂ ਕਿੰਨਾ ਮਿਲਦਾ ਰੁਪਈਆ ਰੋਜ਼ ਦਾ 500 ਹੈ ਜੀ ਹਫ਼ਤੇ ਦਾ ਕਿੰਨਾ ਹੋ ਗਿਆ 7 ਦਿਨ 3500 ਰੁਪਏ ਹੋ ਗਿਆ ਜੀ ਹੈ ਜੀ ਸਰ ਦੋ ਹਫ਼ਤਿਆਂ ਦਾ 7000 ਰੁਪਈਆ ਜੀ ਮਹੀਨੇ ਦਾ 14000 ਜੀ ਸਰ ਬੱਲੇ 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 ਤੂੰ ਕੀ ਕਰਦਾ ਤੇਰੀ ਤਨਖਾਹ ਤਾਂ ਲੱਗੀ ਹੈ ਪੱਕੀ ਨਾ ਠੀਕ ਹੈ ਇੰਜੋਏ ਕਰਿਆ ਕਰ ਪਾਪਾ ਦੀ ਕਮਾਈ ਨੂੰ ਵਧੀਆ ਥਾਂ ਲਾਉਣਾ ਵਧੀਆ ਪੜ੍ਹਨਾ ਇਹਦਾ ਡੈਡੀ ਵਧੀਆ ਠੇਕੇਦਾਰ ਬਣੇ ਨੇ ਤੈਂ ਵੀ ਕੀ ਬਣਨਾ ਸੌਫਟਵੇਅਰ ਇੰਜੀਨੀਅਰ ਸੌਫਟਵੇਅਰ ਇੰਜੀਨੀਅਰ ਮੈਂ ਸੋਚਿਆ ਨਾਲ ਹੀ ਬੋਲਾਂਗਾ ਵੀ ਠੇਕੇਦਾਰ ਬਣਾਂਗੇ ਵੀ ਡੈਡੀ ਦੇ ਕੰਪਿਊਟਰ ਖੜਾਂਗੇ ਉਧਰੋਂ ਡੈਡੀ ਕੋਠੀਆਂ ਪਾ ਰਿਹਾ ਉਧਰੋਂ ਮੁੰਡਾ ਪਾ ਰਿਹਾ ਕੀ ਕੀ ਹੁਣ ਸ਼ੌਂਕ ਕੀ ਹੈ ਡਾਂਸ ਦਾ ਸ਼ੌਕ ਹੈ
ਨਾਮ ਹੈ ਤੁਹਾਡਾ ਆਤਿਸ਼ ਚੰਦੇਲ ਆਤਿਸ਼ ਚੰਦੇਲ ਸਰ ਚੰਦੇਲ ਤੁਹਾਡਾ ਸਰਨੇਮ ਕੀ ਹੈ ਬਾਜੀ ਦਾ ਨਹੀਂ ਚੰਦੇਲ ਮਿਸਟਰ ਆਤਿਸ਼ ਬਾਜੀ ਹੋ ਜਾਣਾ ਸੀ ਸਰ ਆਤਿਸ਼ ਚੰਦੇਲ ਕੀ ਸੁਣਾਓਗੇ ਜੀ ਚੰਦੇਲ ਜੀ ਗੁਮਸੁਮ ਗੁਮਸੁਮ ਗਾਣਾ ਸਰ ਸੁਣਾਓ ਆਤਿਸ਼ ਚੰਦੇਲ ਗੁਮਸੁਮ ਗੁਮਸੁਮ ਬੇਪਰਵਾਹ ਦਿਲ ਭਰ ਦੇ ਦਿਲ ਬੇਪਰਵਾਹ ਦਿਲ ਭਰ ਦੇ ਦਿਲ ਵਿੱਚੋਂ ਤਰਸ ਜ਼ਰਾ ਨਾ ਆਇਆ ਇੱਕੋ ਦਿਲ ਸੀ ਉਹ ਤੜੜੀ ਦਾ ਇੱਕੋ ਦਿਲ ਸੀ ਉਹ ਤੜੜੀ ਦਾ ਉਹ ਵੀ ਚੱਕ ਗਠੜੀ ਵਿੱਚ ਪਾਇਆ ਗੁਮਸੁਮ ਗੁਮਸੁਮ ਪਿਆਰ ਦਾ ਮੌਸਮ ਲੱਜਣਾ ਦਰਦ ਜਗਾਵੀ ਹਲਕੀ ਹਲਕੀ ਬਰਸੇ ਬਦਲੀ ਸਜਣਾ ਦੂਰ ਨਾ ਜਾਵੀ ਗੁਮਸੁਮ ਗੁਮਸੁਮ ਬੂਹੇ ਬਾਰੀਆ ਮੈਂ ਟੋਟੋ ਬਹਿਨੀ ਆ ਤੂੰ ਹੋ ਨਾ ਖਫਾ ਸਜਣਾ ਵੇ ਮੈਂ ਤੇਰੀ ਆ ਮੈਂ ਤੈਨੂੰ ਕਹਿਨੀ ਆ ਤੂੰ ਪਗਾ ਵਫਾ ਸਜਣਾ ਸਾਰਾ ਜ਼ਮਾਨਾ ਹੈ ਬਣ ਕੇ ਬੇਗਾਨਾ ਹੈ ਦੀਵਾਨਾ ਤੇਰਾ ਮੈਂ ਤੇਰੇ ਤੇ ਮਾਰਾ ਰਫਤਾ ਰਫਤਾ ਜੋ ਬਨ ਟਲ ਜਾਏ ਇਹ ਨਾ ਗੱਲ ਤੂੰ ਬੁਲਾਵੀ ਗੁਮਸੁਮ ਗੁਮਸੁਮ ਥੈਂਕ ਯੂ ਵਾਹ 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 ਆਤਿਸ਼ ਚੰਦੇਲ ਵਾਹ ਵਾਹ ਆਤਿਸ਼ ਚੰਦੇਲ ਸੈਡ ਸੌਂਗ ਸੁਣ ਕੇ ਭੱਜ ਗਈ ਕੱਲੀ ਕੱਲੀ ਚੜੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਂ ਹੈ ਤੁਹਾਡਾ ਵੀਰੇ ਮੇਰਾ ਨਾਮ ਸੰਜੇ ਸੰਜੇ ਜੀ ਓਕੇ ਕੀ ਸੁਣਾਓਗੇ ਸੰਜੇ ਜੀ ਵੀਰੇ ਮੈਂ ਨਾ ਬੋਲੀਆਂ ਪਾਣੀਆਂ ਵਾ ਮੇਰੇ ਗਰੁੱਪ ਨੇ ਬੋਲੀਆਂ ਪਾਣੀਆਂ ਵਾ ਠੀਕ ਹੈ ਮੁੰਡੇ ਕੁੜੀਆਂ ਦੀ ਆਪਸ 'ਚ ਅੱਛਾ ਬੁਲਾਓ 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 ਕੀ ਨਾਂ ਤੁਹਾਡਾ ਨਾਂ ਤੁਹਾਡਾ ਨਾਂ ਕੀ ਸੀ ਸਰ ਮੇਰਾ ਨਾਮ ਸੰਜੇ ਸੰਜੇ ਪਿੱਛੇ ਤੁਹਾਡਾ ਨਾਂ ਹਾਂ ਤੁਹਾਡਾ ਨਾਂ ਕੀ ਹੈ ਅਵਿਨਾਸ਼ ਥਾਪਾ ਹੈਂ ਅਵਿਨਾਸ਼ ਥਾਪਾ ਥਾਪਾ ਹਾਂਜੀ ਸਰ ਅੱਛਾ ਅੱਛਾ ਥਾਪਾ ਹਾਂਜੀ ਸੁਕਰਦਿਸ਼ੀ ਸੁਕਰਤੀ ਸੁਕਰਦਿਸ਼ੀ ਸੁਕਰਤੀਸ਼ੀ ਦਿਸ਼ੀ ਦਿਸ਼ੀ ਸੁਕਰਤ ਦਿਸ਼ੀ ਸੁਕਰਦਿਸ਼ੀ ਸੁਕਰਦਿਸ਼ੀ ਅੱਛਾ ਸ਼ੁਕਰਦਿਸ਼ੀ ਤੁਹਾਡਾ ਜੀ ਮਾਨਵੀ ਮਾਨਵੀ ਇਹ ਤੇ ਠੀਕ ਹੈ ਨਾ ਥੋੜ੍ਹਾ ਜਿਹਾ ਤਰੁਣ ਇਹ ਵੀ ਠੀਕ ਹੈ ਸ਼ਨੀ 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 ਸਨੀ ਸਨੀ ਸ਼ਨੀ ਹੋ ਗਿਆ ਸਨੀ ਅੱਛਾ 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 ਸੁਣਾ ਵੀ ਸੰਜੇ ਸਿਆਂ ਥਾਪਾ ਸਾਹਿਬ ਸ਼ਨੀ ਸ਼ੁਕਰ ਕਈ ਆਏ ਨੇ ਚਲੋ ਸਾਰੀਆਂ ਰਾਸ਼ੀਆਂ ਆ ਗਈਆਂ ਕਰੋ 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 ਉਹ ਵਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬਤਾਊਂ ਵਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬਤਾਊਂ ਨੀ ਕੁੜੀਏ ਬਹਿ ਜਾ ਮੇਰੇ ਸਾਈਕਲ ਤੇ ਉਹਨੀ ਮੈਂ ਘੰਟੀਆਂ ਵਜਾ ਕੇ ਜਾਊਂ ਨੀ ਕੁੜੀਏ ਬਹਿ ਜਾ ਮੇਰੇ ਸਾਈਕਲ ਤੇ ਉਹਨੀ ਮੈਂ ਘੰਟੀਆਂ ਵਜਾਉਂਦਾ ਜਾਊਂ ਮੇਰੀ ਵਰਗੀ ਹੋਰ ਮਿਲ ਜਾਊ ਸੋਨਿਆ ਮੇਰੀ ਵਰਗੀ ਹੋਰ ਮਿਲ ਜਾਊ ਸੋਨਿਆ ਇਹ ਤੇਰਾ ਵਹਿਮ ਆ ਸਿੰਗਲ ਪੀਸ ਬਣਾਇਆ ਰੱਬ ਨੇ ਉਹ ਵੀ ਪੂਰਾ ਕੈਮ ਆ ਬਹੁਤ ਅੱਛੇ ਬਹੁਤ 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 ਚੰਗੇ ਵਿਚਾਰ ਆ ਤੁਹਾਡੇ ਉਹ ਬਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਆਰੀ ਉਹ ਬਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਆਰੀ ਉਹ ਕੁੜੀਆਂ ਕੋਲ ਸੋਹਣੀ ਹੈ ਆਪਣੇ ਯਾਰਾਂ ਦੀ ਯਾਰੀ ਨਾ ਫੋਟੋ ਮੇਰੀ ਵੇਖਿਆ ਕਰ ਨਾ ਫੋਟੋ ਮੇਰੀ ਵੇਖਿਆ ਕਰ ਫੇਰ ਨਾ ਕਹੀ ਪਿਆਰ ਹੋ ਗਿਆ ਦਿਲ ਟੁੱਟ ਜਾਣਾ ਤੇਰਾ ਸੋਨਿਆ ਜੇ ਮੇਰੇ ਤੋਂ ਇਨਕਾਰ ਹੋ ਗਿਆ ਉਹ ਸੋਹਣੀ ਕੁੜੀਏ ਹੱਸਣ ਵਾਲੀ ਤੁਸੀਂ ਤਾੜੀਆਂ ਮੰਨਦੇ ਰੱਖੇ ਗੱਲੇ ਅੱਛਾ ਅੱਛਾ ਹਾਂਜੀ ਚੱਲ ਵੀ ਲਾਲ
ਉਹ ਸੋਹਣੀ ਕੁੜੀਏ ਹੱਸਣ ਵਾਲੀ ਏ ਹੱਸਦੀ ਲੱਗੇ ਪਿਆਰੀ ਜੀਤਾ ਕਰਦਾ ਵਿਆਹ ਕਰਵਾ ਲਾਂ ਇੱਕ ਮਿੰਟ ਯਾਰ ਤੁਹਾਡੇ ਜੋ ਪਹਿਲਾਂ ਹੈ ਕਿਹੜਾ ਵੀ ਵਿਆਹ ਕਰਾਉਣ ਵਾਲਾ ਯਾਰ ਕਦੇ ਆਹ ਆਉਂਦਾ ਸਾਈਕਲ ਤੇ ਬਹਿ ਜਾ ਕਦੇ ਉਹ ਕਹਿੰਦਾ ਅੱਛਾ ਸਾਰੀ ਲੈਣੀ ਹੈ ਚਲੋ ਚਲੋ ਉਹ ਜੀਤਾ ਕਰਦਾ ਵਿਆਹ ਕਰਵਾ ਲਾਂ ਤੇਰੀ ਭੈਣ ਨੂੰ ਬਣਾ ਦਾਂ ਸਾਲੀ ਮਾਂ ਤੇਰੀ ਨੂੰ ਸੱਸ ਬਣਾ ਦਾਂ ਉਹ ਮਾਂ ਤੇਰੀ ਨੂੰ ਸੱਸ ਬਣਾ ਦਾਂ ਬਾਪ ਤੇਰੇ ਨੂੰ ਸੋਹਰਾ ਨੀ ਤੇਰੇ ਪਿੰਡ ਵਿੱਚ ਨੀ ਕੱਢ ਕੇ ਫਿਰੂੰਗਾ ਟੋਰਾ ਨੀ ਤੇਰੇ ਪਿੰਡ ਵਿੱਚ ਨੀ ਅੱਛਾ ਸਭ ਤੋਂ ਚੰਗੀ ਗੱਲ ਇਹ ਹੈ ਵੀ ਨਾਲ ਦੇ ਸਾਥ ਦਿੰਦੇ ਆ ਬਹੁਤ ਪੋਜ਼ਿਟਿਵ ਪੁਆਇੰਟ ਹੈ ਵੀ ਜੈਲਸੀ ਕੋਈ ਨਹੀਂ ਜੈਲਸੀ ਕੋਈ ਨਹੀਂ ਜਿਹੜਾ ਵੀ ਬੋਲੀ ਪਾਊਗਾ ਥਾਪੇ ਵਰਗੇ ਆ ਚੱਲ ਵੀ ਅਗਲੀ ਬੋਲੀ ਥਾਪਾ ਸਾਹਿਬ ਤੂੰ ਵੀ ਪਾ ਅੱਛਾ ਅੱਛਾ ਐਟੀਟਿਊਡ ਮੈਂ ਸਹਿ ਨਹੀਂ ਸਕਦੀ ਐਟੀਟਿਊਡ ਮੈਂ ਸਹਿ ਨਹੀਂ ਸਕਦੀ ਡਿਪਰੈਸ਼ਨ ਚ ਰਹਿ ਨਹੀਂ ਸਕਦੀ ਜੇ ਨਿਭਦੀ ਹੈ ਤਾਂ ਲਾ ਲੈ ਜੇ ਨਹੀਂ ਨਿਭਦੀ ਉਹ ਜਾਂਦਾ ਪੈਰਾ ਉਧਰ ਨੂੰ ਚੱਲ ਪਾ ਲੈ ਕਿੱਥੇ ਹੋ ਜਾਓ ਉਹ ਇੱਧਰ ਖੜਾ ਮੁੰਡੇ ਪੱਗਾਂ ਰੱਖਦੇ ਪੋਚ ਪੋਚ ਕੇ ਔਰ ਮੁੱਛਾਂ ਨਹੀਂ ਯਾਰ ਮੁੰਡੇ ਬੰਨਦੇ ਨੇ ਪੱਗਾਂ ਹਾਂ ਮੁੰਡੇ ਪੱਗਾਂ ਬੰਨਦੇ ਪੋਚ ਪੋਚ ਕੇ ਮੁੱਛਾਂ ਰੱਖਦੇ ਕੁੰਡੀਆਂ ਹਾਂ ਮੁੱਛਾਂ ਰੱਖਦੇ ਨੇ ਪਹਿਲਾਂ ਕਹਿਣ ਲੱਗਾ ਸੀ ਮੁੰਡੇ ਬਈ ਮੁੱਛਾਂ ਬੰਨਦੇ ਪਹਿਲਾਂ ਮੁੱਛਾਂ ਬੰਨਣ ਲੱਗੇ ਸੀ ਹਾਂ ਚੱਲ 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 ਤੇਰੇ ਜੀਆਂ 20 ਕੁੜੀਆਂ ਸਾਡੇ ਸ਼ਾਂਬੇ ਸ਼ਹਿਰ ਤੇ ਖੜੀਆਂ ਨੇ ਤੇਰੇ ਜੀਆਂ 20 ਕੁੜੀਆਂ ਆ ਗਨਮੈਨ ਸਾਹਿਬ ਨੂੰ ਤੁਸੀਂ ਵੀ ਪਾਓ ਮਹਾਰਾਜ ਤੇਰਾ ਮੇਰਾ ਮਿਲਦਾ ਨਹੀਂ ਰੂਟ ਵੇ ਨਹੀਂ ਮਿਲਦਾ ਜਮੇ ਨਹੀਂ ਮਿਲਦਾ ਆਵੇਗਾ ਜਮੇ ਨਹੀਂ ਜਮੇ ਨਹੀਂ ਇੱਕ ਇੱਕ ਟਾਇਰ ਟਰੱਕ ਦਾ ਇੱਕ ਸਕੂਟਰੀ ਦਾ ਹੈ ਨਾ 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 ਤੇਰਾ ਮੇਰਾ ਮਿਲਦਾ ਨਹੀਂ ਤੇਰਾ ਮੇਰਾ ਮਿਲਦਾ ਨਹੀਂ ਰੂਟ ਵੇ ਨਾ ਮਿਲ ਜਾਵੇ ਤੇਰੇ ਨਾਲੋਂ ਵੱਧ ਕਿਊਟ ਵੇ ਹਾਂ ਇਹਨਾਂ ਨੇ ਕੀ ਕੀਤਾ ਗਾਣਾ 15 ਮਿੰਟ ਹੋ ਗਏ ਟੀਵੀ ਤੇ ਆਏ ਨੂੰ ਮਹਾਰਾਜ ਸੁਣਾਓ ਤੁਸੀਂ ਵੀ ਸੁਣ ਮੇਰੇ ਖੁਦਾ ਮੇਰੀ ਇੱਕ ਹੀ ਦੁਆ ਮੇਰੀ ਮਾਂ ਕੋ ਤੂੰ ਰੱਖਣਾ ਸਦਾ ਹੋ ਮੇਰੀ ਮਾਂ ਚਲੋ ਜੀ ਤਵੀ ਕੈਂਪਸ ਦੇ ਵਿੱਚ ਰੌਣਕ ਇੱਦਾਂ ਹੀ ਕੰਟੀਨਿਊ ਰਹਿਣਗੀਆਂ ਨਾ 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 ਰਿਮੋਟ ਨੂੰ ਹੱਥ ਨਾ ਲਾਓ ਮਿਲਦੇ ਹਾਂ ਜੀ ਇੱਕ ਛੋਟੇ ਜੇ ਉਹ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋ ਕੰਟੀਨਿਊ ਮੰਡੀਰ ਦੇ ਵਿੱਚ ਆ ਜਾਓ ਤਵੀ ਕੈਂਪਸ ਦੇ ਵਿੱਚ ਰੌਣਕਾਂ ਪੂਰੀਆਂ ਪੂਰੀਆਂ ਕਿੱਦਾਂ ਜੀ ਪਠਾਨਕੋਟ ਵਧੀਆ ਸਰ ਦੀ ਸੁਣਾਓ ਆਲ ਗੁੱਡ ਕੀ ਨਾਂ ਹੈ ਜੀ ਰਜਤ ਜੀ ਰਜਤ ਕਿੱਥੋਂ ਬਿਲੋਂਗ ਕਰਦੇ ਹੋ ਜੀ ਰਣਜੀਤ ਸਾਗਰ ਡੈਮ ਸਰ ਰਣਜੀਤ ਸਾਗਰ ਡੈਮ ਕਲੋਨੀ ਬਿਲਕੁਲ ਕੀ ਸ਼ੌਂਕ ਨੇ ਸ਼ੌਂਕ ਸਰ ਬਹੁਤ ਸਾਰੇ ਨੇ ਉਦਾਂ ਗਾਣਾ ਵੀ ਗਾ ਲੈਂਦੇ ਹਾਂ ਤੇ ਹੋਰ ਵੀ ਜੋ ਦਿਲ ਕਰਦਾ ਜੀ ਅੱਜ ਸਰ ਸਰ ਲਈ ਬੋਲੀਆਂ ਨੇ ਜਿਹਦੇ ਤੇ ਸਾਰਾ ਹੀ ਕਾਲਜ ਨੱਚੇਗਾ ਤੇ ਸਰ ਅੱਜ ਤੁਸੀਂ ਭੰਗੜਾ ਪਾਓਗੇ ਤਾਂ ਹੀ ਗੱਲ ਬਣੇਗੀ ਇੱਕ ਵਾਰ ਜ਼ੋਰਦਾਰ ਹੁਡਿੰਗ ਜੀ ਹੋ ਅੱਜ ਤਾਂ ਕਾਲਜ ਵਿੱਚ ਰੌਣਕ ਲੱਗੀ ਹੋ ਅੱਜ ਤਾਂ ਕਾਲਜ ਵਿੱਚ ਰੌਣਕ ਲੱਗੀ ਅੱਜ ਸੋਹਣੇ ਗਾਣੇ ਗੀਤ ਉਹ ਭੰਗੜਾ ਹੁਣ ਤਾਂ ਸੱਜੇਗਾ ਜੇ ਨੱਚਣਗੇ ਸਾਰੇ ਰਵਨੀਤ ਭੰਗੜਾ ਤਾਂ ਸੱਜਦਾ ਨੱਚਣਗੇ ਸਾਰੇ ਰਵਨੀਤ ਭੰਗੜਾ ਤਾਂ ਸੱਜਦਾ ਨੱਚਣਗੇ ਸਾਰੇ ਰਵਨੀਤ ਭੰਗੜਾ ਤਾਂ ਸੱਜਦਾ ਥੈਂਕ ਯੂ ਜੀ ਸਾਰੇ ਟੀਚਰਸ ਦੇ ਲਈ ਹਾਂਜੀ ਉਹ ਕੁੜੀਆਂ ਨਵੇਂ ਨਵੇਂ ਨੇ ਪਾਉਂਦੇ ਉਹ ਕਈ ਸ਼ੌਂਕ ਰੱਖਦੀਆਂ ਵੱਲੇ ਉਹ ਜਿੱਦਾਂ ਟੈਕਨੋਲੋਜੀ ਦਾ ਵੇਲਾ ਕਈ ਨਵੇਂ ਆ ਗਏ ਫੀਚਰ ਉਹ ਭੰਗੜਾ ਹੁਣ ਤਾਂ ਸੱਜੇਗਾ ਜੇ ਨੱਚਣ ਕਾਲਜ ਦੇ ਟੀਚਰ ਭੰਗੜਾ ਤਾਂ ਸੱਜਦਾ ਨੱਚਣ ਕਾਲਜ ਦੇ ਟੀਚਰ ਭੰਗੜਾ ਤਾਂ ਸੱਜਦਾ ਨੱਚਣ ਕਾਲਜ ਦੇ ਟੀਚਰ ਭੰਗੜਾ ਤਾਂ ਸੱਜਦਾ ਤੇ ਸਾਰੇ ਤਵੀ ਕਾਲਜ ਦੇ ਮੁੰਡੇ ਕੁੜੀਆਂ ਇਕੱਠੇ ਨੱਚਣਗੇ ਉਹ ਵਾਰੀ ਵਰਸੀ ਖੱਟਣ ਗਿਆ ਸੀ ਉਹ ਵਾਰੀ ਵਰਸੀ ਖੱਟਣ ਗਿਆ ਸੀ ਉਹ ਖੱਟ ਕੇ ਲਿਆਂਦੇ ਤਾਲੇ ਸਰ ਨਾਲ ਆਓ ਹਾਂਜੀ 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 ਉਹ ਬਾਰੀ ਵਰਸੀ ਖੱਡਣ ਗਿਆ ਸੀ ਖੱਟ ਕੇ ਲਿਆਂਦੇ ਤਾਲੇ ਉਹ ਭੰਗੜਾ ਹੁਣ ਤਾਂ ਸੱਜੇਗਾ ਜੇ ਨੱਚਣ ਤਵੀ ਕਲ ਜਾਲੇ ਉਹ ਭੰਗੜਾ ਤਾਂ ਸੱਜਦਾ ਨੱਚਣ ਤਵੀ ਕਲ ਜਾਲੇ ਉਹ ਭੰਗੜਾ ਤਾਂ ਸੱਜਦਾ ਤੇ ਰਵਨੀਤ ਸਰ ਲਈ ਸਪੈਸ਼ਲ ਫਰਮਾਇਸ਼ ਹੈਗੀ ਇੱਕ ਇਹ ਸਾਰੇ ਕੁੜੀਆਂ ਦੇ ਕਹਿਣ 'ਤੇ ਕੁੜੀਆਂ ਕਹਿੰਦੀਆਂ ਨੇ
ਹੋ ਇੱਕ ਮੁੰਡਾ ਪੰਜਾਬੀ ਹੋ ਜਿਹਦੇ ਨੈਣ ਸ਼ਰਾਬੀ। ਰਵਨੀਤ ਸਰ ਬਹੁਤ ਸੋਹਣੇ ਨੇ, ਇੱਕ ਵਾਰ ਤਾੜੀਆਂ ਨਾਲ ਹੀ। ਉਹਨੂੰ ਲਵ ਯੂ ਆਖਦੀ ਦਿਲ ਲੱਗੀ ਕੁੜੀ, ਦਿਲ ਲੱਗੀ ਕੁੜੀ ਗੁਜਰਾਤ ਦੀ, ਦਿਲ ਲੱਗੀ ਕੁੜੀ ਹੀ, ਦਿਲ ਲੱਗੀ ਕੁੜੀ ਗੁਜਰਾਤ ਦੀ। ਇੱਕ ਵਾਰ ਸਾਰਿਆਂ ਨੇ ਨਾਲ ਨਾਲ ਕਹਿਣਾ, ਉਹ ਗੁੜ ਨਾਲੋ ਇਸ਼ਕ ਮਿੱਠਾ, ਉਹ ਗੁੜ ਨਾਲੋ ਇਸ਼ਕ ਮਿੱਠਾ, ਬੇਰਬਾ ਲੱਗਣਾ ਕਿਸੇ ਨੂੰ ਜਾਵੇ, ਗੁੜ ਨਾਲੋ ਇਸ਼ਕ ਮਿੱਠਾ। ਪਤਾ ਕੀ, ਇੱਕ ਵਾਰੀ ਹੋਏ ਹੋਏ ਕਹਿਣਗੇ ਥੱਲੇ ਵਾਲੇ, ਸਿਰਫ ਇੱਕ ਵਾਰੀ ਉੱਪਰ ਵਾਲੇ। ਦੇਖੋ ਥੱਲੇ, ਇੱਕ ਮਿੰਟ ਸਾਹਿਬ, ਥੱਲੇ ਜ਼ਿਆਦਾ ਨੇ, ਉੱਪਰ ਥੋੜ੍ਹੇ ਨੇ, ਪਰ ਦੇਖਦੇ ਹਾਂ ਆਵਾਜ਼ ਕਿਹਦੀ ਆਊਗੀ। ਪਹਿਲਾਂ ਥੱਲੇ ਵਾਲੇ, ਪਹਿਲਾਂ ਉੱਤੋਂ ਨਹੀਂ ਬੋਲਣਾ, ਉਹ ਉੱਤੇ ਨਹੀਂ ਬੋਲਣਾ, ਪਹਿਲਾਂ ਸਾਰੇ ਥੱਲੇ ਵਾਲੇ। ਉਹ ਗੁੜ ਨਾਲ ਇਸ਼ਕ ਮਿੱਠਾ, ਹੁਣ ਤੁਹਾਡੀ ਵਾਰੀ ਆ, ਖੜ ਜਾਓ ਫਿਰ, ਖੜ ਜਾਓ। ਉਹ ਗੁੜ ਨਾਲ ਇਸ਼ਕ ਮਿੱਠਾ, ਠੀਕ ਹੈ ਕਹਿੰਦੇ ਇਹਨਾਂ ਦਾ। ਚਲੋ ਸਾਰੇ ਇਕੱਠੇ ਹੀ ਹੈ, ਇਕੱਠੇ ਹੀ ਹੈ, ਇਕੱਠੇ ਹੀ ਹੈ। ਹਾਂਜੀ ਸੁਣਾਓ ਜੀ। ਉਹ ਗੁੜ ਨਾਲੋ ਇਸ਼ਕ ਮਿੱਠਾ, ਉਹ ਗੁੜ ਨਾਲੋ ਇਸ਼ਕ ਮਿੱਠਾ, ਫੇਰ ਰੱਬਾ ਲੱਗਣਾ ਕਿਸੇ ਨੂੰ ਜਾਵੇ, ਗੁੜ ਨਾਲੋ ਇਸ਼ਕ ਮਿੱਠਾ, ਉਹ ਗੁੜ ਨਾਲੋ ਇਸ਼ਕ ਮਿੱਠਾ, ਉਹ ਗੁੜ ਨਾਲੋ ਇਸ਼ਕ ਮਿੱਠਾ, ਫੇਰ ਰੱਬਾ ਲੱਗਣਾ ਕਿਸੇ ਨੂੰ ਜਾਵੇ, ਗੁੜ ਨਾਲੋ ਇਸ਼ਕ ਮਿੱਠਾ। ਹੋ ਲੱਡੂ ਖਾਲਾ ਬਾਣੀਏ ਦੇ, ਹੋ ਲੱਡੂ ਖਾਲਾ ਬਾਣੀਏ ਦੇ, ਕੰਨੇ ਚੁੱਪਣਾ ਜੱਟਾਂ ਦੇ ਪੋਲੇ, ਲੱਡੂ ਖਾਲਾ ਬਾਣੀਏ ਦੇ, ਹੋ ਗੁੜ ਨਾਲੋ ਇਸ਼ਕ ਮਿੱਠਾ, ਹੋ ਗੁੜ ਨਾਲੋ ਇਸ਼ਕ ਮਿੱਠਾ, ਫੇਰ ਰੱਬਾ ਲੱਗਣਾ ਕਿਸੇ ਨੂੰ ਜਾਵੇ, ਗੁੜ ਨਾਲੋ ਇਸ਼ਕ ਮਿੱਠਾ। ਥੈਂਕ ਯੂ ਸੋ ਮਚ ਰੌਣਕ ਲਾਉਣ ਲਈ, ਥੈਂਕ ਯੂ ਸੋ ਮਚ, ਥੈਂਕ ਯੂ। ਜ਼ੋਰਦਾਰ ਤਾੜੀਆਂ ਆਪਣੇ ਲਈ, ਜ਼ੋਰਦਾਰ ਤਾੜੀਆਂ। ਆ ਜਾਓ ਜੀ, ਆ ਜਾਓ, ਆ ਜਾਓ, ਆ ਜਾਓ। ਹੈਲੋ ਜੀ, ਹਾਂਜੀ ਹੈਲੋ ਜੀ, ਕੀ ਨਾਮ ਹੈ ਤੁਹਾਡਾ? ਹੀਨਾ। ਹੀਨਾ, ਰਿਜ਼ਵਾਨਾ ਅਖਤਰ। ਰਿਜ਼ਵਾਨਾ ਅਖਤਰ, ਕੀ ਸੁਣਾਓਗੇ ਜੀ? ਆਪਕੇ ਸਾਥ ਡਾਂਸ ਕਰਨਾ ਢੋਲ ਪੇ। ਅੱਛਾ ਜੀ, ਕਿਆ ਬਾਤ ਹੈ, ਨਹੀਂ ਸੋ ਸੋ ਤੇਰੀ ਜੇਬ ਜੀ ਬਦਲ, ਤੇਰੀ ਜੇਬ ਜੀ ਬਦਲ, ਤੇਰੀ ਜੇਬ ਜੀ ਬਦਲ, ਇੱਥੇ ਹੀ ਖੜਾ ਨੀ, ਇੱਥੇ ਖੜਾ ਨੀ, ਇੱਥੇ ਖੜਾ। ਸਿਵਲ ਡਿਪਾਰਟਮੈਂਟ ਜੀ, 6th ਸਮੈਸਟਰ। ਮੈਂ ਡਾਂਸ ਕਰਨਾ ਚਾਹੁੰਦਾ, ਮੈਂ ਵੀ ਤੇਰਾ ਬਹੁਤ ਬੜਾ ਫੇਰ ਹਾਂ ਜੀ। ਸਦਾ ਇਹ ਸਾਰਾ ਨਾਂ ਹੀ ਹੈ ਤੇਰਾ? ਹਾਂ ਜੀ, ਮੇਰਾ ਨਾਮ ਸੀ ਤੋਕੀਰ ਖਾਨ ਹੈ ਬਸ। ਅੱਛਾ, ਸੁਣਾਓ ਸੁਣਾਓ ਸੁਣਾਓ, ਕਰੋ ਡਾਂਸ ਡਾਂਸ ਡਾਂਸ। ਹਾਂਜੀ ਹਾਂਜੀ, ਵਕਤ ਹੈ ਕਿ ਜੀ ਨਿੱਕੇ ਜਿਹੇ ਬ੍ਰੇਕ ਦਾ, ਕਿਤੇ ਨਾ ਜਾਇਓ, ਮਿਲਦੇ ਆ ਜੀ ਇੱਕ ਛੋਟੇ ਜਿਹੇ। ਚਲੋ ਜੀ, ਵੈਲਕਮ ਬੈਕ ਆਫਟਰ ਦਾ ਬ੍ਰੇਕ, ਕੰਟੀਨਿਊ ਮੰਡੀਰ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਤਵੀ ਕੈਂਪਸ ਦੇ ਬੱਚਿਆਂ ਨਾਲ ਗੱਲਬਾਤ ਕੀਤੀ, ਹੁਣ ਵਾਰੀ ਹੈ ਜੀ ਇੱਥੋਂ ਦੇ ਸਟਾਫ ਮੈਂਬਰ ਅਤੇ ਡਾਇਰੈਕਟਰ ਸਰ ਸਾਡੇ ਨਾਲ ਨੇ। ਰਿਪੀਟ ਸ਼ਨੀਵਾਰ ਨੂੰ 4 ਵਜੇ ਅਤੇ ਐਤਵਾਰ ਨੂੰ 8 ਵਜੇ ਭਾਈ ਜ਼ਰੂਰ ਦੇਖਿਓ। ਬਹੁਤ ਸਾਰਾ ਪਿਆਰ ਸਤਿਕਾਰ ਡਾਇਰੈਕਟਰ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਰ ਤੁਹਾਡਾ ਸ਼ੁਭ ਨਾਮ ਜੀ? ਡਾਕਟਰ ਦਿਨੇਸ਼ ਕੁਮਾਰ ਜੀ। ਦਿਨੇਸ਼ ਕੁਮਾਰ ਸਰ, ਕਿੱਦਾਂ ਲੱਗ ਰਿਹਾ ਜੀ ਹੁਣ ਤੱਕ ਦਾ ਸਫ਼ਰ ਬੱਚਿਆਂ ਦੇ ਨਾਲ? ਬਹੁਤ ਵਧੀਆ ਲੱਗ ਰਿਹਾ। ਅੱਜ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਹੁਣ ਜਿਸ ਤਰ੍ਹਾਂ ਬੱਚੇ ਇੰਨੀ ਭੀੜ ਕਦੀ ਇਕੱਠੀ ਨਹੀਂ ਹੋਈ ਸਾਡੇ ਕੋਲ, ਇੰਨੀ ਭੀੜ ਦੇਖ ਕੇ ਮਜ਼ਾ ਆ ਰਿਹਾ ਵੀ ਰੋਜ਼ ਇਹੀ ਪ੍ਰੋਗਰਾਮ ਹੋਏ। ਰਵਨੀਤ, ਉਹਨਾਂ ਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਜੀ। ਪਹਿਲੇ ਤਾਂ ਅਸੀਂ ਸਵਾਗਤ ਕਰ ਰਹੇ ਹਾਂ ਤੁਹਾਡਾ ਤਵੀ ਟੈਕਨੀਕਲ ਕੈਂਪਸ 'ਚ, ਠੀਕ ਹੈ ਜੀ? ਮੇਰਾ ਨਾਂ ਦਿਨੇਸ਼ ਕੁਮਾਰ, ਪੰਜਾਬੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ, ਪਹਿਲਾ ਅਕਸ਼ਰ ਦੱਦੇ ਤੋਂ ਸ਼ੁਰੂ ਹੁੰਦਾ।
ਠੀਕ ਹੈ ਜੀ, ਮੈਂ ਹੁਣ ਦੋ ਲਾਈਨਾਂ ਬੋਲਾਂਗਾ, ਉਹਦਾ ਸਾਰੇ ਹੀ ਅਕਸ਼ਰ ਦਦੇ ਤੋਂ ਸ਼ੁਰੂ ਹੋਣਗੇ। ਦਿੱਲੀ ਦੇ ਦਿਨੇਸ਼ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦੇ ਦੁਕਾਨਦਾਰ ਆ ਦਿੱਲੀ ਦੇ ਦਿਨੇਸ਼ ਦੀ ਦਾਦੀ ਦੇ ਦੋ ਦੰਦਾਂ ਦੀ ਦਵਾਈ ਦੇ। ਇਸ ਤਰ੍ਹਾਂ ਦੀ ਇੰਟਰੋਡਕਸ਼ਨ ਸ਼ਾਇਦ ਤੁਸੀਂ ਪਹਿਲੇ ਸੁਣੀ ਹੋਏ। ਬਹੁਤ ਵਧੀਆ ਜੀ। ਲਓ ਜੀ, ਮੈਂ ਇੱਕ ਵਾਰੀ ਚੱਲ ਗਿਆ ਲਾਹੌਰ, ਲੜਨ ਨਹੀਂ ਗਿਆ ਮੈਂ, ਨਹੀਂ ਨਹੀਂ ਹਾਂ ਕਾਨਫਰੰਸ ਤੇ ਗਿਆ ਸੀ, ਲੜਦੇ ਅਸੀਂ ਘਰੇ ਹੋਗੇ। ਹਾਂ ਬਹੁਤ ਬੜਾ ਲੜੀ ਆ, ਬੜਾ ਲੜੀ ਦਾ ਮੇਰੀ ਨੇਚਰ ਦਾ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ ਵੀ ਮੈਂ ਬਹੁਤ ਲੜਾਕਾ। ਮੈਂ ਲਾਹੌਰ ਚੱਲ ਗਿਆ ਕਾਨਫਰੰਸ ਲਈ, ਮੈਂ ਕਾਨਫਰੰਸ ਲਈ ਗਿਆ ਸੀ ਅਤੇ ਸ਼ਾਮ ਨੂੰ ਮੁਸ਼ਾਇਰਾ ਚੱਲ ਰਿਹਾ ਸੀ ਉੱਥੇ, ਅਤੇ ਮੈਂ ਮੁਸ਼ਾਇਰੇ 'ਚ ਚਲਾ ਗਿਆ ਅਤੇ ਮੁਸ਼ਾਇਰੇ ਵਾਲਿਆਂ ਨੇ ਕਹਿੰਦੇ ਵੀ ਆਏ, ਇਹ ਅੱਜ ਡਾਕਟਰ ਸਾਹਿਬ ਆਏ ਨੇ ਹੱਥ, ਇਹ ਲੋਕਾਂ ਨੂੰ ਕੁਸ਼ਚਨ ਕਰਦੇ ਰਹਿੰਦੇ, ਅੱਜ ਇਹਨਾਂ ਨੂੰ ਕੁਸ਼ਚਨ ਕਰਨੇ ਆ। ਅਤੇ ਉਹਨਾਂ ਨੇ ਜੀ ਕੁਸ਼ਚਨ ਕੀਤਾ ਮੈਨੂੰ, ਧਿਆਨ ਨਾਲ ਸੁਣਿਓ ਬੱਚਿਓ, ਕਹਿੰਦਾ ਸ਼ਹਿਰ ਲਾਹੌਰ ਵਿੱਚ ਕਿੰਨੇ ਬੂਹੇ ਅਤੇ ਕਿੰਨੀਆਂ ਬਾਰੀਆਂ ਨੇ, ਸ਼ਹਿਰ ਲਾਹੌਰ ਵਿੱਚ ਕਿੰਨੇ ਬੂਹੇ ਅਤੇ ਕਿੰਨੀਆਂ ਬਾਰੀਆਂ ਨੇ, ਕਿੰਨੀਆਂ ਇੱਟਾਂ ਟੁੱਟੀ ਦੀਆਂ ਅਤੇ ਕਿੰਨੀਆਂ ਸਾਰੀਆਂ ਨੇ, ਕਿੰਨੀਆਂ ਖੂਹਾਂ ਦਾ ਪਾਣੀ ਮਿੱਠਾ ਅਤੇ ਕਿੰਨੀਆਂ ਖਾਰੀਆਂ ਨੇ, ਅਤੇ ਕਿੰਨੀਆਂ ਕੁੜੀਆਂ ਵਿਆਹੀ ਦੀਆਂ ਅਤੇ ਕਿੰਨੀਆਂ ਕੁਆਰੀਆਂ ਨੇ। ਹਾਂਜੀ ਹਾਂਜੀ, ਮੈਂ ਅੱਗੇ ਜਵਾਬ ਦਿੱਤਾ ਉਸੇ ਅੰਦਾਜ਼ 'ਚ, ਮੈਂ ਕਿਹਾ ਸ਼ਹਿਰ ਲਾਹੌਰ ਵਿੱਚ ਲੱਖਾਂ ਬੂਹੇ ਅਤੇ ਕਰੋੜਾਂ ਬਾਰੀਆਂ ਨੇ, ਜਿਨ੍ਹਾਂ ਇੱਟਾਂ ਤੋਂ ਦੌੜ ਕੇ ਲੰਘੇ ਕੁੜੀ ਅਤੇ ਮੁੰਡੇ, ਬਸ ਉਹੀ ਟੁੱਟੀ ਦੀਆਂ ਬਾਕੀ ਸਾਰੀਆਂ ਨੇ, ਅਤੇ ਜਿਨ੍ਹਾਂ ਖੂਹਾਂ ਦਾ ਪਾਣੀ ਪੀਤਾ ਲੈਲਾ ਮਜਨੂ ਨੇ, ਉਹੀ ਬਸ ਮਿੱਠੀਆਂ ਅਤੇ ਬਾਕੀ ਸਾਰੀਆਂ ਖਾਰੀਆਂ ਨੇ, ਅਤੇ ਜਿਹੜੀਆਂ ਕੁੜੀਆਂ ਨੂੰ ਮਿਲ ਗਏ ਰਾਂਝੇ, ਬਸ ਉਹੀ ਵਿਆਹੀ ਦੀਆਂ ਬਾਕੀ ਸਾਰੀਆਂ ਖਾਰੀਆਂ ਨੇ। ਬਹੁਤ ਵਧੀਆ। ਇਨਕੀ ਤਾਬੋ ਸੇ ਦੂਰ, ਇਨਕਾ ਲੇ ਜੋ ਸੇ ਦੂਰ, ਆ ਜਾ ਚਲੇ ਕਹੀਂ ਦੂਰ, ਕਹੀਂ ਦੂਰ, ਕਹੀਂ ਦੂਰ, ਇਨਕੀ ਤਾਬੋ ਸੇ ਦੂਰ, ਇਨਕਾ ਲੇ ਜੋ ਸੇ ਦੂਰ, ਆ ਜਾ ਚਲੇ ਕਹੀਂ ਦੂਰ, ਕਹੀਂ ਦੂਰ, ਕਹੀਂ ਦੂਰ। ਹੈਲੋ, ਪਹਿਲੇ ਮੁੰਡਿਆਂ ਲਈ, ਮੁੰਡਿਆਂ ਲਈ, ਜਾਤੇ ਹੈ ਕਾਲਜੋ ਮੇ, ਗਾਤੇ ਹੈ ਫਿਲਮੀ ਗਾਣੇ, ਪੜ੍ਹਤੇ ਹੈ ਲਵ ਕੇ ਨਾਵਲ, ਫਿਲਮੋ ਕੇ ਜੇ ਦੀਵਾਨੇ, ਜਾਤੇ ਹੈ ਕਾਲਜੋ ਮੇ, ਗਾਤੇ ਹੈ ਫਿਲਮੀ ਗਾਣੇ, ਪੜ੍ਹਤੇ ਹੈ ਲਵ ਕੇ ਨਾਵਲ, ਫਿਲਮੋ ਕੇ ਜੇ ਦੀਵਾਨੇ, ਮੂੰਹ ਮੇ ਡਾਲੇ ਚਿੰਗਮ, ਹੱਥ ਮੇ ਬਿਸਕੀ ਜਾ ਰਮ, ਆ ਜਾ ਚਲੇ ਕਹੀਂ ਦੂਰ, ਕਹੀਂ ਦੂਰ, ਕਹੀਂ ਦੂਰ। ਚਿਹਰਾ ਹੈ ਬੋਲਾ ਬਾਲਾ, ਪਾਊਡਰ ਹੈ ਜਾਦੂ ਵਾਲਾ, ਚਿਹਰਾ ਹੈ ਬੋਲਾ ਬਾਲਾ, ਪਾਊਡਰ ਹੈ ਜਾਦੂ ਵਾਲਾ, ਚਲਤੀ ਬਜੈਂਤੀ ਮਾਲਾ, ਲਗਤੀ ਹੈ ਮਧੂਬਾਲਾ, ਇਨਕੇ ਗੋਰੇ ਸੇ ਗਾਲ, ਇਨਕੇ ਕਾਲੇ ਸੇ ਬਾ, ਆ ਜਾ ਚਲੇ ਕਹੀਂ ਦੂਰ, ਕਹੀਂ ਦੂਰ, ਕਹੀਂ ਦੂਰ, ਕਹੀਂ ਦੂਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਜੀ? ਅਮਨਦੀਪ ਸਿੰਘ। ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ, ਡਿਜ਼ਾਈਨ ਪੜ੍ਹਾਉਂਦਾ ਮੈਂ। ਬਹੁਤ ਵਧੀਆ। ਹਾਂਜੀ ਹਾਂਜੀ। ਕਿੱਦਾਂ ਰਿਹਾ ਹੁਣ ਤੁਹਾਡਾ ਸਫ਼ਰ? ਬਹੁਤ ਵਧੀਆ ਜੀ। ਸਟਾਰਟਿੰਗ ਇਸ ਕਾਲਜ ਤੋਂ ਹੀ ਕੀਤੀ, ਸਟਾਰਟਿੰਗ ਤੋਂ ਇੱਥੇ ਹੀ ਹੈਗਾ ਮੈਂ। ਓਕੇ ਜੀ। ਪੜ੍ਹੇ ਵੀ ਇੱਥੋਂ ਹੀ? ਨਹੀਂ ਨਹੀਂ, ਪੜ੍ਹੇ ਇੱਥੇ। ਓਕੇ ਜੀ, ਓਕੇ ਓਕੇ। ਹੋਰ ਕੀ ਸ਼ੌਂਕ ਨੇ ਤੁਹਾਡੇ? ਜਿੱਦਾਂ ਕਿ ਆਪਣੇ ਸਾਰੇ ਡਿਪਾਰਟਮੈਂਟ 'ਚ ਹੁੰਦੀਆਂ ਕੁੜੀਆਂ, ਮਕੈਨੀਕਲ 'ਚ ਵੀ ਹੁੰਦੀਆਂ, ਇਹ ਥੋੜ੍ਹੇ ਪਰੇਸ਼ਾਨ ਰਹਿੰਦੇ ਆ, ਕਰਦੇ ਕੀ ਆ ਇਵੈਂਟ 'ਚ ਕਿਤੋਂ ਨੰਬਰ ਲੈ ਲੈਂਦੇ ਕੋਈ ਕੁੜੀ ਦਾ, ਅਤੇ ਫਿਰ ਵਾਰ ਵਾਰ ਫੋਨ ਕਰਦੇ ਚੋਰੀ ਚੋਰੀ, ਤਾਂ ਕੁੜੀ ਪਰੇਸ਼ਾਨ ਹੋ ਜਾਂਦੀ। ਕੀ ਕਹਿੰਦੀ ਹੈ? ਉਹ ਮੁੰਡਾ ਵਾਰ ਵਾਰ ਕਰੀ ਜਾਂਦਾ ਫੋਨ, ਕੰਬਲੇ ਨੇ ਮੱਤ ਮਾਰ ਲਈ, ਆਉਂਦਾ ਨੰਬਰ ਉੱਤੇ ਅਨਨੋਨ, ਕੰਬਲੇ ਨੇ ਮੱਤ ਮਾਰ ਲਈ, ਮੂੰਹ ਹੱਥ ਧੋ ਕੇ ਤਾਂ ਮੇਰੇ ਪਿੱਛੇ ਪੈ ਗਿਆ, ਨੰਬਰ ਪਤਾ ਨਹੀਂ ਇਹਨੇ ਮੇਰਾ ਕਿੱਥੋਂ ਲੈ ਲਿਆ, ਉਹ ਕੱਢੇ ਬਦਲ ਬਦਲ ਕੇ ਟੋਨ, ਕੰਬਲੇ ਨੇ ਮੱਤ ਮਾਰ ਲਈ, ਮੁੰਡਾ ਵਾਰ ਵਾਰ ਕਰੀ ਜਾਂਦਾ ਫੋਨ, ਕੰਬਲੇ ਨੇ ਮੱਤ ਮਾਰ ਲਈ। ਹੁਣ ਡਾਇਰੈਕਟਰ ਸਰ ਕਹਿੰਦੇ ਇੱਕ ਬੋਲੀ ਪਾਣੀ, ਉਹੀ ਟੀਵੀ 'ਤੇ ਆਉਣੀ ਬਾਈ, ਪਾਣੀ ਪੈਣੀ। ਹਾਂ, ਪਾਓ ਪਾਓ ਪਾਓ। ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਸੁਣੀ ਦਾ ਵਿਹੜਾ, ਉੱਥੋਂ ਦੀਆਂ ਦੋ ਮੁਟਿਆਰਾਂ, ਉੱਥੋਂ ਦੀਆਂ ਦੋ ਮੁਟਿਆਰਾਂ, ਇੱਕ ਮੋਟੀ ਇੱਕ ਪਤਲੀ, ਉਹ ਪਤਲੀ ਦਾ ਤਾਂ ਵਿਆਹ ਹੋ ਗਿਆ, ਉਹ ਪਤਲੀ ਦਾ ਤਾਂ ਵਿਆਹ ਹੋ ਗਿਆ, ਮੋਟੀ ਰਹਿ ਗਈ ਕੁਆਰੀ, ਆਪੇ ਉਹ ਲੈ ਜੂ ਮੈਨੂੰ ਲੱਗੇ ਜਾਣ ਦੋ ਪਿਆਰੀ, ਆਪੇ ਉਹ ਲੈ ਜੂ ਮੈਨੂੰ ਲੱਗੇ ਜਾਣ ਦੋ ਪਿਆਰ, ਆਪੇ ਉਹ ਲੈ ਜੂਗਾ।
ਤੁਹਾਨੂੰ ਵੀ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਰਿਚਾ ਅੱਛਾ ਵਧਾਈਆਂ ਤੁਹਾਨੂੰ ਥੈਂਕ ਯੂ ਵਿਆਹ ਹੋ ਗਿਆ ਤੁਹਾਡਾ ਸਿਰ ਪੱਲਵੀ ਪਠਾਨੀਆ ਪੱਲਵੀ ਪਠਾਨੀ ਓਕੇ ਕੀ ਸੁਣਾਓਗੇ ਜੀ ਕੋਈ ਉਹਨਾਂ ਲਈ ਗਾਣਾ ਸੁਣਾ ਦਿਓ ਆਪਣੇ ਸਰਦਾਰ ਸਾਹਿਬ ਲਈ ਤੇਰੇ ਬਿਨਾਂ ਨਹੀਂ ਲੱਗਦਾ ਦਿਲ ਮੇਰਾ ਟੋਲਣਾ ਤੇਰੇ ਬਿਨਾਂ ਨਹੀਂ ਲੱਗਦਾ ਦਿਲ ਮੇਰਾ ਟੋਲਣਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਕੀ ਨਾਮ ਜੀ ਸੰਦੀਪ ਗੌਤਮ ਓਕੇ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਸਰ ਮੈਂ ਮੈਨੇਜਮੈਂਟ ਡਿਪਾਰਟਮੈਂਟ 'ਚ ਕੰਪਿਊਟਰ ਦਾ ਟੀਚਰ ਹਾਂ ਕੀ ਕਰੋਗੇ ਬੇਸ਼ ਬੋਲੀ ਪਾਉਣ ਲੱਗਾ ਜੀ ਹਾਂਜੀ ਅੱਟੀਆਂ ਨੀ ਕੁੜੀਓ ਅੱਟੀਆਂ ਅੱਟੀਆਂ ਨੀ ਕੁੜੀਓ ਅੱਟੀਆਂ ਕੇ ਅੰਬੀਆਂ ਇਸ਼ਕ ਦੀਆਂ ਅੱਟੀਆਂ ਨੀ ਕੁੜੀਓ ਅੱਟੀਆਂ ਕੇ ਅੰਬੀਆਂ ਇਸ਼ਕ ਦੀਆਂ ਕਦੇ ਖੱਟੀਆਂ ਲਗਨ ਕਦੇ ਮਿੱਠੀਆਂ ਕੇ ਅੰਬੀਆਂ ਇਸ਼ਕ ਦੀਆਂ ਕਦੇ ਖੱਟੀਆਂ ਲਗਨ ਕਦੇ ਮਿੱਠੀਆਂ ਕੇ ਅੰਬੀਆਂ ਇਸ਼ਕ ਦੀਆਂ ਹਲਦੀ ਨੀ ਕੁੜੀਓ ਹਲਦੀ ਹਲਦੀ ਨੀ ਕੁੜੀਓ ਹਲਦੀ ਜਿੰਦ ਯਾਰ ਦੀ ਰੰਗਣ ਵਿੱਚ ਰੰਗਣੀ ਕੇ ਦੁਨੀਆਂ ਦੀ ਨਹੀਂ ਉਹ ਮੰਨਣੀ ਨਹੀਂ ਉਹ ਸੱਚੀਆਂ ਮੁਹੱਬਤਾਂ ਤੋਂ ਸੰਗਣਾ ਕੇ ਦੁਨੀਆਂ ਦੀ ਨਹੀਂ ਉਹ ਮੰਨਣੀ ਨਹੀਂ ਉਹ ਸੱਚੀਆਂ ਮੁਹੱਬਤਾਂ ਤੋਂ ਸੰਗਣਾ ਕੇ ਦੁਨੀਆਂ ਦੀ ਨਹੀਂ ਉਹ ਮੰਨਣੀ ਥੈਂਕ ਯੂ ਜੀ ਬਹੁਤ ਬਹੁਤ ਕਿਰਪਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਆਓ ਆਓ ਸਰ ਆਓ ਸਰ ਆਓ ਸਰ ਆਓ ਸਰ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਂ ਜੀ ਅਕੇਸ਼ ਕੁਮਾਰ ਜੀ ਤੁਸੀਂ ਕੀ ਪੜਾਉਂਦੇ ਹੋ ਜੀ ਮੈਂ ਪੜਾਉਂਦਾ ਕੁਛ ਮੈਂ ਲੈਬ 'ਚ ਜੋਬ ਕਰਨਾ ਸੁਣਾਓ ਫਿਰ ਕੀ ਸੁਣਾਓਗੇ ਜੀ ਇੱਕ ਮੈਂ ਤੁਹਾਡਾ ਲੈਬ ਵਧੀਆ ਹਾਂਜੀ ਸਰ ਕਹਿ ਦਿੱਤਾ ਹੁਣ ਸੁਣ ਵੀ ਲਓ ਹਾਂਜੀ ਹਾਂਜੀ ਮੋਟੇ ਆ ਤੇ ਫਿਰ ਕੀ ਇਹੋ ਹੀ ਸਮਝਾਉਂਦੇ ਆ ਕਿਸੇ ਦੇ ਪਿਓ ਕੋਲ ਲੈ ਕੇ ਥੋੜੀ ਗੱਲ ਬਹੁਤ ਅੱਛੇ ਇੱਕ ਪੰਜਾਬੀ ਗੀਤ ਹੈ ਇੱਕ ਲੜਕੀ ਦਾ ਵਿਆਹ ਹੋ ਜਾਂਦਾ ਤੇ ਮੁੰਡਾ ਬੜਾ ਸੋਚਦਾ ਕਿ ਇਹਦਾ ਵਿਆਹ ਹੋ ਗਿਆ ਤੇ ਉਹਦੇ ਲਈ ਇੱਕ ਗੀਤ ਹੈ ਤਾਲੀ ਸਾਰੇ ਜਣੇ ਜ਼ਰੂਰ ਮਾਰਨਗੇ ਟੋਲੀ ਭਾਅ ਜੀ ਆਵਾਜ਼ ਜਿਹੜਾ ਖਿੱਚ ਕੇ ਰੱਖੀ ਉਹ ਆਵਾਜ਼ ਖਿੱਚ ਕੇ ਰੱਖਣੀ ਹੈ ਢਿੱਡ ਅੱਗੋਂ ਹਾਂਜੀ ਹਾਂਜੀ ਇਹ ਸਾਰਾ ਆਪਣੇ ਨੇ ਖਾਂਦੇ ਪੀਂਦੇ ਘਰੋਂ ਨੇ ਚਲੋ ਜੀ ਜਮਨ ਕੋੜੀ ਚੜਦਾ ਮਸੀਨਾ ਸਾਡਾ ਸੜਦਾ ਜਮਨ ਕੋੜੀ ਚੜਦਾ ਮਸੀਨਾ ਸਾਡਾ ਸੜਦਾ ਹਾਏ ਰੱਬ ਜੀ ਹਾਏ ਰੱਬ ਜੀ ਸਾਡੀ ਵੀ ਸੁਣ ਫਰਿਆਦ ਹਾਏ ਰੱਬ ਜੀ ਸਾਡੀ ਵੀ ਸੁਣ ਫਰਿਆਦ ਆਓ ਜੀ ਮੈਮ ਆਓ ਜੀ ਆਓ ਕੀ ਨਾਮ ਹੈ ਤੁਹਾਡਾ ਜੀ ਸਰ ਸ਼ਵੇਤਾ ਮਹਾਜਨ ਫਰੋਮ ਕੰਪਿਊਟਰ ਸਾਇੰਸ ਡਿਪਾਰਟਮੈਂਟ ਅੱਛਾ ਜੀ ਸਰ ਇੱਕ ਸ਼ਾਇਰੀ ਮੈਂ ਆਪਣੀ ਮਦਰ ਕੋ ਡੈਡੀਕੇਟ ਕਰਨਾ ਚਾਹੁੰਦੀ ਹਾਂ ਉੱਪਰ ਜਿਸ ਦਾ ਕੋਈ ਅੰਤ ਨਹੀਂ ਉਸੇ ਆਸਮਾਨ ਕਹਤੇ ਹੈ ਉੱਪਰ ਜਿਸ ਦਾ ਕੋਈ ਅੰਤ ਨਹੀਂ ਉਸੇ ਆਸਮਾਨ ਕਹਤੇ ਹੈ ਜਹਾਂ ਵੀ ਜਿਸ ਦਾ ਕੋਈ ਅੰਤ ਨਹੀਂ ਉਸੇ ਮਾਂ ਕਹਤੇ ਹੈ ਬਹੁਤ ਵਧੀਆ ਇੰਜੋਏ ਕੀਤਾ ਤਵੀ ਕੈਂਪਸ ਦੇ ਵਿੱਚ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਨਵੇਂ ਸ਼ੋਅ ਦੇ ਨਾਲ ਕੀਪ ਵਾਚਿੰਗ ਕੰਟੀਨਿਊ ਮੰਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ ਹੁਣ ਵਕਤ ਦੀ ਜਾਣ ਦਾ ਜਾਣ ਤੋਂ ਪਹਿਲਾਂ ਫੈਕਲਟੀ ਮੈਂਬਰ ਡਾਂਸ ਕਰਨਗੇ ਅਗਲੇ ਹਫ਼ਤੇ ਫਿਰ ਸ਼ੋਅ ਦੇ ਵਿੱਚ ਮਿਲਦੇ ਹਾਂ ਥੈਂਕ ਯੂ ਸੋ ਮਚ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ ਸਤਿ ਸ਼੍ਰੀ ਅਕਾਲ